ਹੁਣ ਇੱਕੋ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਵਿਧ ਵਿਧਾਨ ਇਨਸਾਫ ਨਹੀਂ ਮਿਲਦਾ ਯਾਰ, ਕੇਸ ਤਾਂ ਚੱਲੀ ਜਾਂਦੇ ਨੇ, ਹੁਣ ਇਨਸਾਫ ਕਾਹਦਾ ਦਵਾਵਾਂਗੇ? ਹੁਣ ਉੱਥੇ ਭੱਠਾ ਕਿੱਥੇ ਬੈਠਾ ਹੈ? ਤੁਸੀਂ ਤਿੰਨ ਤਿੰਨ ਸਾਲ ਤਾਂ ਤੁਸੀਂ ਨੋਟੀਫਿਕੇਸ਼ਨ ਨਹੀਂ ਹੋਣ ਦਿੱਤੀ, ਤੁਹਾਡੇ ਕੋਲ ਤੁਸੀਂ ਮੁੱਖ ਮੰਤਰੀ ਸੀ, ਤੁਸੀਂ ਉਸ ਸਾਧ ਦੀਆਂ ਫਿਲਮਾਂ ਦੇ ਉੱਪਰ ਬਾਡੀਗਾਰਡ ਦਿੰਦੇ ਰਹੇ, ਕੋਈ ਸੰਗ ਆਈ ਤੁਹਾਨੂੰ? ਕਾਂਗਰਸ ਮੇਰੀ ਸੱਕੀ ਨਹੀਂ, ਮੇਰਾ ਕੋਈ ਆਮ ਆਦਮੀ ਨਾਲ ਲਿੰਕ ਨਹੀਂ, ਪਰ ਜੇ ਮੈਂ ਕਹੂੰਗਾ ਭੱਠਾ ਪਾਇਆ ਹੈ ਤਾਂ ਤੁਹਾਡੀ ਅਕਾਲੀ ਗਵਰਨਮੈਂਟ ਨੇ ਪਾਇਆ। ਉਦੋਂ ਬਾਅਦ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਤਾਂ ਉਨੀ ਹੈ, ਚਾਹੇ ਕਾਂਗਰਸ ਰਹੀ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਸਰਕਾਰਾਂ ਉਸ ਮੁੱਦੇ ਨੂੰ ਲੈ ਕੇ, ਉਸ ਵਿਸ਼ੇ ਨੂੰ ਲੈ ਕੇ ਬਣਾ ਲਈਆਂ। ਸਾਰੇ ਪੋਲੀਟੀਸ਼ੀਅਨ ਦੇ ਇੱਕ ਗੱਪ ਤੋਂ ਸਿਵਾਏ ਇਹਨਾਂ ਕੋਲ ਕੱਖ ਵੀ ਨਹੀਂ। ਤੁਸੀਂ ਕਹਿੰਦੇ ਜੀ ਅਸੀਂ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਦੀ ਬੜੀ ਇੱਜ਼ਤ ਕਰਦੇ ਹਾਂ, ਤੇ ਤੁਸੀਂ ਤਿੰਨੇ ਗਰੁੱਪ ਰਲ ਕੇ ਦਿੱਲੀ ਜਾ ਕੇ ਕਿਉਂ ਨਹੀਂ ਡਿਮਾਂਡ ਕੀਤੀ ਕਿ ਇਹਦੀ ਲਾਈਫ ਇੰਪ੍ਰਿਜ਼ਨਮੈਂਟ ਜਾਂ ਫਾਂਸੀ ਕੀਤੀ ਜਾਵੇ? ਤੁਸੀਂ ਇੱਕ ਰਾਹੁਲ ਗਾਂਧੀ ਲਈ ਛਿੱਤਰ ਖਾਂਦੇ ਫਿਰਦੇ ਹੋ, ਤੁਸੀਂ ਕੇਜਰੀਵਾਲ ਲਈ ਛਿੱਤਰ ਖਾਂਦੇ ਫਿਰਦੇ ਹੋ, ਤੁਸੀਂ ਭਾਜਪਾ ਲਈ ਦਿੱਲੀ ਛਿੱਤਰ ਖਾਂਦੇ ਫਿਰਦੇ ਹੋ, ਤੇ ਇੱਕ ਅੱਧੀ ਡਾਂਗ ਗੁਰੂ ਗ੍ਰੰਥ ਸਾਹਿਬ ਨੇ ਵੀ ਖਾ ਲੈਣੀ ਸੀ। ਕਹਿ ਦਿੰਦੇ ਕਿ ਯਾਰ ਜਿਵੇਂ ਚਰਖੜੀਆਂ ਤੇ ਚੜੇ ਉਹ ਆਪਾਂ ਸ਼ਬਦ ਬੋਲਦੇ ਹਾਂ, ਖੋਪੜੀਆਂ ਲਵਾਈਆਂ ਗਈਆਂ, ਕਮ ਸੇ ਕਮ ਤੁਸੀਂ ਡਾਂਗ ਤਾਂ ਖਾ ਲੈਂਦੇ ਯਾਰ। ਸੋ ਜਿਹੜੇ ਚਾਹੇ ਕੋਈ ਵੀ ਐਮ ਐਲ ਏ ਹੈ, ਮੈਂ ਕਹੂੰਗਾ ਬਹਿਬਲ ਕਲਾਂ ਤੋਂ ਵੀ ਐਮ ਐਲ ਏ ਬਣ ਕੇ ਗਿਆ ਬੰਦਾ, ਬਿਲਕੁਲ ਉਹਨੇ ਵੀ ਇੱਕ ਸਿਆਸੀ ਰੋਟੀ ਸਿੱਖੀ ਹੈ, ਕੁਝ ਨਹੀਂ ਕੀਤਾ। ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇਣੀ ਸੀ, ਸਰਕਾਰ ਤੁਹਾਨੂੰ ਹੈਲਪ ਕਰ ਰਹੀ ਸੀ, ਸਰਕਾਰ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਸੀ, ਤੁਸੀਂ ਛੱਡ ਕੇ ਗਏ ਕਿਉਂ? ਫਿਰ ਏਡੀ ਵੱਡੀ ਪੋਸਟ ਨੂੰ ਲੱਤ ਮਾਰਨੀ ਜਿਹਦੇ ਹੱਥ 'ਚ ਪਾਵਰ ਹੋਵੇ, ਜੇ ਤੁਹਾਨੂੰ ਕੋਈ ਰੋਕਦਾ ਫਿਰ ਕਹਿੰਦੇ ਫਲਾਣੇ ਬੰਦੇ ਨੇ ਮੈਨੂੰ ਰੋਕਿਆ ਜੀ, ਫਿਰ ਆਪਾਂ ਨਾਮ ਹੀ ਨਹੀਂ ਲਿਆ। 2015 ਤੋਂ ਅਕਾਲ ਤਖ਼ਤ ਸਾਹਿਬ ਨੂੰ ਇੱਕ ਸਾਧ ਵਰਤ ਰਿਹਾ ਹੈ ਜੀ, ਉਹਨੇ ਵਰਤਿਆ, ਸੋਰੀ ਅੱਜ ਨਹੀਂ ਪਹਿਲਾਂ ਉਹਨੇ ਵਰਤਿਆ, ਆਪੇ ਮਾਫ਼ੀ ਦਵਾਈ ਜੀ, ਇੱਕ ਸਾਧ ਨੂੰ ਅਕਾਲ ਤਖ਼ਤ ਸਾਹਿਬ ਮਾਫ਼ੀ ਦੇ ਰਿਹਾ ਹੈ, ਤੇ ਸਾਧ ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਕਰਦਾ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਗੁਰਕਪਾਲ ਸਿੰਘ। ਪੰਜਾਬ ਦੇ ਵਿੱਚ ਜਦ ਬੇਅਦਬੀਆਂ ਦਾ ਦੌਰ ਰਿਹਾ, ਪੰਜਾਬ ਦੇ ਵਿੱਚ ਧਾਰਮਿਕ ਅਤੇ ਸਿਆਸੀ ਹਲਚਲ ਜਿਸ ਤਰੀਕੇ ਨਾਲ ਹੁੰਦੀ ਰਹੀ ਆ, ਉਸ ਦੇ ਬਾਬਤ ਜਿਹੜੀ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਜੀ ਖਾਰਾ ਮੌਜੂਦ ਨੇ। ਖਾਰਾ ਸਾਹਿਬ ਨਾਲ ਬੇਅਦਬੀਆਂ ਦੇ ਮਸਲਿਆਂ ਦੇ ਉੱਪਰ ਗੱਲ ਕਰਾਂਗੇ ਕਿ ਕੇਸ ਆਖਰ ਕਿੱਥੋਂ ਤੱਕ ਪਹੁੰਚੇ ਨੇ ਅਤੇ ਕੀ ਇਸ ਦੇ ਵਿੱਚ ਅਦਾਲਤਾਂ ਦੇ ਵਿੱਚ ਕਾਰਵਾਈ ਚੱਲ ਰਹੀ ਹੈ। ਖਾਰਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਖਾਰਾ ਸਾਹਿਬ, ਬੇਅਦਬੀ ਦੀ ਜਦੋਂ ਗੱਲ ਕਰਦੇ ਹਾਂ ਤਾਂ ਅੱਜ ਜਿਹੜਾ ਸਮਾਂ ਇਹ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਹੈ ਕਿ ਕੇਸ ਲੰਬੇ ਚੱਲਦੇ ਪਏ ਆ, ਅਤੇ ਇਹਨਾਂ ਕੇਸਾਂ ਦਾ ਸਟੇਟਸ ਕੀ ਆ, ਕਿੱਥੇ ਜੇ ਇਹ ਕੇਸ ਖੜ੍ਹੇ ਹੈ, ਕੀ ਚੱਲ ਰਿਹਾ, ਥੋੜ੍ਹਾ ਜਿਹਾ ਜਾਣਕਾਰੀ ਦਿਓ। ਦੇਖੋ ਗੱਲ ਇਸ ਤਰ੍ਹਾਂ, ਬੇਅਦਬੀ ਦੇ ਕੇਸ ਤਾਂ ਚਲੋ ਰੂਟੀਨ ਦੇ ਵਿੱਚ ਹੀ 2015 ਤੋਂ ਬਾਅਦ ਅੱਜ ਤੀਕਰ ਬੇਅਦਬੀ ਸਾਰੇ ਪੰਜਾਬ 'ਚ ਹੀ ਹੋ ਰਹੀ ਹੈ ਜੀ, ਪਰ ਅਸੀਂ ਇਸ ਬੇਅਦਬੀ ਨੂੰ ਉਹਨਾਂ ਬੇਅਦਬੀ ਦੇ ਨਾਲ ਜੋੜ ਨਹੀਂ ਸਕਦੇ ਜੀ। ਕਾਰਨ ਕੀ ਹੈ, ਜਿਹੜੀ ਪਹਿਲੀ ਬੇਅਦਬੀ ਹੋਈ ਹੈ ਉਹ ਜਾਣ ਬੁੱਝ ਕੇ 2015 ਦੇ ਵਿੱਚ ਡੇਰਾ ਪ੍ਰੇਮੀਆਂ ਨੇ ਇੱਥੇ ਪਿੰਡ 'ਚ ਲਿਖਿਆ ਸੀ ਕਿ ਤੁਹਾਡਾ ਸਿੱਖੋ ਅਸੀਂ ਗੁਰੂ ਲੈ ਚੱਲੇ, ਤਾਂ ਉਸ ਦੇ ਵਿੱਚ ਮੈਂ ਕਹੂੰਗਾ ਸਰਕਾਰ ਫੇਲ ਸੀ, ਸਰਕਾਰ ਦਾ ਫੇਲਰ ਸਿਸਟਮ ਸੀ। ਉਹਨਾਂ ਨੇ ਇੰਟੀਮੇਸ਼ਨ ਦਿੱਤੀ, ਗੁਰੂ ਗ੍ਰੰਥ ਸਾਹਿਬ ਗਾਇਬ ਹੋ ਗਏ, ਉਹ ਚੁੱਕੇ ਲੈ ਗਏ। ਬੜੀ ਇੱਕ ਮੇਰੇ ਦੇਖਣ 'ਚ ਮਾੜੀ ਗੱਲ ਸੀ ਕਿ ਉਦੋਂ ਸਰਕਾਰ ਜਿਹੜੀ ਸਿੱਖਾਂ ਦੀ ਸਰਕਾਰ ਮੰਨੀ ਜਾਂਦੀ ਸੀ ਜੀ, ਕਿ ਇੱਕ ਸਿੱਖਾਂ ਦੀ ਸਰਕਾਰ, ਤਾਂ ਉਸ ਤੋਂ ਬਾਅਦ ਜਿਹੜੀ ਕਾਂਗਰਸ ਸਰਕਾਰ ਆਉਂਦੀ ਹੈ ਜੋ 2017 'ਚ ਆਉਂਦੀ ਹੈ, 18 ਦੇ ਵਿੱਚ ਜੂਨ ਤੋਂ ਲੈ ਕੇ ਅਤੇ ਦਸੰਬਰ ਤੀਕਰ ਇੱਕ ਬਰਗਾੜੀ ਮੋਰਚਾ ਲੱਗਦਾ ਜੋ 6 ਮਹੀਨੇ ਰਹਿੰਦਾ ਹੈ ਜੀ, ਤਾਂ ਉਸ ਮੋਰਚੇ ਦੇ ਵਿੱਚ ਕੁਛ ਗੱਲਾਂ ਨੇ ਜਿਹੜੀਆਂ ਉਹ ਇਨਵੈਸਟੀਗੇਸ਼ਨ ਵੱਲ ਵੱਧਦੀਆਂ ਨੇ, ਜਿਸ ਦੇ ਵਿੱਚ ਇੱਕ ਜਿਹੜੀ ਫਰੀਦਕੋਟ ਬੇਅਦਬੀ ਹੁੰਦੀ ਇਸ ਏਰੀਏ ਦੇ ਅੰਦਰ, 5 ਕੇਸ ਹੋ ਰਹੇ, 5 ਜਾਂ 6 ਨੇ, ਤਾਂ 4 ਕੇਸ ਉਹ ਨੇ ਜਿਹੜੇ ਰਾਮਪੁਰਾ ਫੂਲ ਅਦਾਲਤ ਚੱਲਦੇ ਨੇ, ਜਿਹੜਾ ਭਗਤਾ ਭਾਈ ਕੇ ਇਸ ਸਾਈਡ ਤੇ। ਟੋਟਲ ਕਿੰਨੇ ਕੇਸ ਹੈ ਜਿਹੜੇ ਚੱਲਦੇ ਪਏ? ਟੋਟਲ ਉਦੋਂ 9 ਕੇਸ ਸੀ, 9 ਕੇਸ, 8 ਜਾਂ 9 ਇੰਨੇ ਕੁ ਨੇ ਮੇਰੇ ਫਰੀਦਕੋਟ ਦਾ, ਸ਼ਾਇਦ ਮੈਂ ਗਲਤ ਨਾ ਕਹਾਂ, ਇੱਥੇ 4 ਕੇਸ ਸੀ ਜੀ, ਉੱਥੇ 5 ਨੇ ਸ਼ਾਇਦ, ਤਾਂ 9 ਕੇਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ, ਜਿਹੜੀ ਇੰਟੀਮੇਸ਼ਨ ਦੇ ਕੇ ਹੋਏ ਨੇ, ਜਿਹੜੇ ਉਹਨਾਂ ਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਅਸੀਂ ਇਹ ਕਰਾਂਗੇ ਜੀ। ਹੁਣ ਇਹ ਤਾਂ ਹੋ ਗਏ 9 ਕੇਸ ਬੇਅਦਬੀ ਦੇ, ਹੁਣ ਜਿਹੜੀ ਅਗਲੀ ਬੇਅਦਬੀ ਹੈ ਉਸ ਦੇ ਵਿੱਚ ਕੀ ਹੈ,
ਕਿ ਜਿਵੇਂ ਕੋਈ ਪਿੰਡ ਦਾ ਕਾਮਨ ਆਦਮੀ ਹੈ ਜਿਹਨੂੰ ਪਾਗਲ ਦਿਖਾਇਆ ਜਾਂਦਾ ਹੈ, ਉਹ ਜਾ ਕੇ ਗੁਰੂ ਘਰ ਬੇਦਬੀ ਕਰ ਦਿੰਦਾ। ਇੱਥੇ ਕੋਈ ਲੇਡੀ ਹੈ, ਉਹ ਆਪਦੇ ਘਰੇ ਗੁਰੂ ਗ੍ਰੰਥ ਸਾਹਿਬ ਦੇ ਅੰਗ, ਆਪਾਂ ਗੁਟਕਿਆਂ ਦੇ ਜਿਹੜੇ ਅੰਗ ਨੇ ਉਹ ਖਿਲਾਰ ਦਿੰਦੇ ਨੇ। ਇਹਨਾਂ ਬੇਅਦਬੀ 'ਚ ਉਹਨਾਂ ਬੇਅਦਬੀ 'ਚ ਫਰਕ ਹੁੰਦਾ। ਕਿਵੇਂ ਫਰਕ, ਕਿਵੇਂ ਸਮਝਦੇ? ਫਰਕ ਇਹ ਹੈ ਕਿ ਇਹ ਬੰਦੇ ਨੇ ਜਿਹੜੇ ਇੱਕ ਆਮ ਜਿਹੜੇ ਮੇਰੇ ਕੋਲ ਦੋਸ਼ੀ ਮੈਂ ਦੇਖੇ ਨੇ, ਆਮ ਪਿੰਡਾਂ ਦੇ ਬੰਦੇ ਨੇ, ਜਾਣ ਬੁੱਝ ਕੇ ਜਾਂ ਕਮਲੇ ਲਾ ਲਓ ਜਾਂ ਉਹਨਾਂ ਨੂੰ ਕਮਲੇ ਬਣਾਇਆ ਜਾਂਦਾ ਹੈ, ਉਹ ਜਾਂਦੇ ਨੇ ਤਾਂ ਉੱਥੇ ਉਹ ਫੜੇ ਜਾਂਦੇ ਨੇ। ਠੀਕ ਹੈ ਜੀ, ਉਹ ਮੈਕਸੀਮਮ ਬੰਦੇ ਫੜੇ ਗਏ ਜੀ। ਪਹਿਲੀ ਬੇਅਦਬੀ ਉੱਥੋਂ ਸ਼ੁਰੂਆਤ ਹੁੰਦੀ ਹੈ ਜਿੱਥੋਂ ਉਹ ਸਰਸੇ ਵਾਲੇ ਸਾਧ ਦੇ ਚੇਲੇ ਵਾਰਨਿੰਗ ਦਿੰਦੇ ਨੇ, ਜਦੋਂ ਸਿੱਧਾ ਚੈਲੰਜ ਕਰਕੇ, ਸਿੱਧਾ ਚੈਲੰਜ ਕਰਦੇ ਨੇ, ਵਾਰਨਿੰਗ ਦਿੰਦੇ ਨੇ ਕਿ ਸਿੱਖੋ ਤੁਹਾਡਾ ਅਸੀਂ ਗੁਰੂ ਲੈ ਚੱਲੇ। ਅੱਛਾ, ਉਸ ਤੋਂ ਬਾਅਦ ਜਿੰਨੀਆਂ ਵੀ ਬੇਅਦਬੀਆਂ ਹੁੰਦੀਆਂ ਨੇ ਉਹਨਾਂ 9 ਕੇਸਾਂ ਨੂੰ ਛੱਡ ਦਈਏ ਤਾਂ ਕੁਛ ਤਾਂ ਬੰਦੇ ਮੌਕੇ ਤੇ ਮਾਰੇ ਗਏ ਨੇ ਜਾਂ ਕੁਛ ਫੜੇ ਗਏ ਨੇ। ਇਨਵੈਸਟੀਗੇਸ਼ਨ ਦੇ ਅੰਦਰ ਕਿਸੇ ਵੀ ਬੰਦੇ ਦਾ ਕੋਈ ਹੱਥ ਨਹੀਂ ਆ ਰਿਹਾ ਇਹਨਾਂ ਦੇ ਵਿੱਚ ਜੀ। ਜ਼ਿਆਦਾਤਰ ਇਹ ਬੰਦੇ ਮਤਲਬ ਇਸ ਤਰ੍ਹਾਂ ਲਾ ਲਓ ਕਿ ਡਿਪਰੈਸ਼ਨ ਦੇ ਨੇ ਜਾਂ ਕਿਵੇਂ ਲਾ ਲਓ, ਕੋਈ ਜ਼ਿਆਦਾ ਇਨਵੈਸਟੀਗੇਸ਼ਨ ਅੱਗੇ ਨਹੀਂ ਗਈ। ਖਰਾ ਸਾਹਿਬ, ਇਸ ਤੋਂ ਬਾਅਦ ਅਗਲਾ ਜਦੋਂ ਬੇਅਦਬੀਆਂ ਹੁੰਦੀਆਂ, ਕੇਸ ਚੱਲ ਰਹੇ ਆ, ਸਭ ਕੁਛ ਹੋ ਰਿਹਾ, ਪਰ ਇਸ ਮਾਮਲੇ ਨੂੰ ਲੈ ਕੇ ਮਾਮਲਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਅਤੇ ਇਸੇ ਮਸਲੇ ਨੂੰ ਲੈ ਕੇ ਸਰਕਾਰਾਂ ਵੀ ਬਣ ਗਈਆਂ, MLA ਵੀ ਬਣ ਗਏ, ਚਾਹੇ ਉਹਨਾਂ 'ਚ ਆਪਾਂ ਕੁੰਵਰ ਵਿਜੇ ਪ੍ਰਤਾਪ ਦਾ ਨਾਮ ਹੈ ਸਿੱਧੇ ਤੌਰ 'ਤੇ ਲੈਣਾ ਜਾਊਗਾ, ਉਹਨਾਂ ਨੇ ਬੜਾ ਇਸ ਮਸਲੇ ਨੂੰ ਲੈ ਕੇ ਆਪਣੀ ਜਿਹੜਾ ਇੰਟਰਸਟ ਦਿਖਾਇਆ ਸੀ, ਮੈਂ ਆਹ ਕਰੂੰ ਉਹ ਕਰੂੰ, ਪਰ ਇਹ ਸਾਰੀਆਂ ਚੀਜ਼ਾਂ ਵਾਪਰ ਗਈਆਂ, ਸਿਆਸੀ ਹਲਚਲਾ ਹੋ ਗਿਆ, ਪਰ ਕੇਸ ਉੱਥੇ ਦੇ ਉੱਤੇ ਖੜੇ। ਉਸ ਦੇ ਵਿੱਚ ਗੱਲ ਦਾ ਫਰਕ ਹੈ, ਜਿੰਨੀ ਸਰਕਾਰ ਜਾਂ ਜਥੇਬੰਦੀਆਂ ਰੌਲਾ ਪਾਉਂਦੀਆਂ ਨੇ ਉਹ ਅਸਲੀ ਮੁੱਦੇ 'ਤੇ ਤਾਂ ਆ ਹੀ ਨਹੀਂ ਰਹੀਆਂ। ਹੁਣ ਇੱਕੋ ਗੱਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਦਾ ਯਾਰ, ਕੇਸ ਤਾਂ ਚੱਲੀ ਜਾਂਦੇ ਨੇ, ਹੁਣ ਇਨਸਾਫ ਕਾਹਦਾ ਦਵਾਵਾਂਗੇ, ਇਨਸਾਫ ਤਾਂ ਅਦਾਲਤ ਨੇ ਦੇਣਾ। ਬਿਲਕੁਲ, ਹੁਣ ਉੱਥੇ ਭੱਠਾ ਕਿੱਥੇ ਬੈਠਾ ਹੈ? ਤੁਸੀਂ 3-3 ਸਾਲ ਤਾਂ ਤੁਸੀਂ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ। 2015 ਦੇ ਵਿੱਚ ਪਰਚਾ ਦਰਜ ਹੁੰਦਾ, 2018 ਚਲਾਣ ਪੇਸ਼ ਹੋ ਰਿਹਾ ਯਾਰ, 3 ਸਾਲ ਇਨਵੈਸਟੀਗੇਸ਼ਨ ਲੇਟ ਹੈ, 3 ਸਾਲ ਪਰਚੇ ਦਰਜ ਵੀ ਨਹੀਂ ਹੋ ਰਹੇ ਜੀ, ਹੁਣ ਉਹਦਾ ਕੀ ਕਰੋਗੇ ਤੁਸੀਂ ਚੁੱਕ ਕੇ? ਇੱਕ ਚਲਾਣ ਦੇ ਵਿੱਚ ਵੀ ਕਈ ਵਾਰੀ ਕਿਸ ਤਰ੍ਹਾਂ ਦਾ ਹੁੰਦਾ ਕਿ ਇਨਵੈਸਟੀਗੇਸ਼ਨ ਦੇ ਤੌਰ 'ਤੇ ਕੋਈ ਚਲਾਣ ਸਹੀ ਤਰੀਕੇ ਨਾਲ ਨਹੀਂ ਪੇਸ਼ ਕੀਤਾ ਗਿਆ ਜਾਂ ਤੱਥ ਨਹੀਂ ਪੇਸ਼ ਕੀਤੇ ਗਏ? ਦੇਖੋ, ਜਿਹੜੇ ਫਰੀਦਕੋਟ ਦੇ ਕੇਸ ਨੇ, ਮੈਂ ਉੱਥੇ 1-2 ਵਾਰੀ ਪੇਸ਼ ਹੋਇਆ ਸੀ, ਉਸ ਤੋਂ ਬਾਅਦ ਮੈਂ ਉਹਨਾਂ ਕੇਸਾਂ 'ਚ ਨਹੀਂ ਗਿਆ, ਤਾਂ ਮੈਨੂੰ ਕਿਤੇ ਨਾ ਕਿਤੇ ਉਹਨਾਂ ਕੇਸਾਂ ਦੇ ਵਿੱਚ ਇਨਵੈਸਟੀਗੇਸ਼ਨ 'ਚ ਫਰਕ ਲੱਗਿਆ। ਲੱਗਿਆ ਤੋਂ ਲੱਗਿਆ, ਜਿਹੜੇ 4 ਕੇਸ ਇੱਥੇ ਨੇ ਫੂਲ ਅਦਾਲਤ ਦੇ ਵਿੱਚ ਜੀ, ਇਹਨਾਂ ਕੇਸਾਂ ਦੇ ਵਿੱਚ ਮੁਲਜ਼ਮ ਜਿੰਮੀ ਅਰੋੜੇ ਨੇ, ਜਿਹੜੀ ਐਵੀਡੈਂਸ ਪਿਛਲੇ ਮਹੀਨੇ ਆਈ ਹੈ ਐਕਚੁਅਲੀ। ਅੱਛਾ, ਪਿਛਲੇ ਮਹੀਨੇ ਦੀ ਹੈ? ਜਿਹੜੇ ਜੱਜ ਸਾਹਿਬ ਦੇ ਕੋਲ 164 ਦੇ ਬਿਆਨ ਹੋਏ ਸੀ ਜਿੰਮੀ ਅਰੋੜੇ ਦੇ, ਜਿੱਥੇ ਦੂਜੀਆਂ ਵਿਰੋਧੀ ਪਾਰਟੀਆਂ ਜਿਹੜੇ ਮੁਲਜ਼ਮ ਪਾਰਟੀਆਂ ਜ਼ੋਰ ਪਾ ਰਹੀਆਂ ਸੀ ਕਿ ਸਾਡੇ ਤਾਂ ਜੀ ਜਿਹੜੇ ਬੰਦਿਆਂ ਦੇ 164 ਦੇ ਬਿਆਨ ਨੇ ਉਹ ਤਾਂ ਪੁਲਿਸ ਨੇ ਕਰਾਏ ਨੇ, ਪਰ ਅਦਾਲਤ ਦੇ ਵਿੱਚ ਜਦੋਂ ਜੱਜ ਸਾਹਿਬ ਦੇ ਬਿਆਨ ਹੋ ਰਹੇ ਨੇ ਤਾਂ ਉੱਥੇ ਕਲੀਅਰ ਹੋ ਗਿਆ ਕਿ ਮੁਲਜ਼ਮ ਨੇ ਜੇਲ੍ਹ ਦੇ ਵਿੱਚੋਂ ਈਮੇਲ ਪਾਈ ਹੈ ਜੱਜ ਸਾਹਿਬ ਨੂੰ। ਅੱਛਾ, ਉਹਨੇ ਕਿਹਾ ਕਿ ਮੈਂ ਆਪਦੇ ਬਿਆਨ ਦੇਣੇ ਚਾਹੁੰਦਾ, ਮੁਲਜ਼ਮ ਤਾਂ ਜੇਲ੍ਹ ਦੇ ਵਿੱਚ ਹੈ, ਪੁਲਿਸ ਕਸਟਡੀ ਤਾਂ ਹੈ ਹੀ ਨਹੀਂ। ਉਹ ਕਹਿੰਦਾ ਮੈਂ ਕਨਫੈਸ਼ਨ ਕਰਨਾ ਚਾਹੁੰਦਾ, ਮੇਰੇ ਤੋਂ ਗੁਨਾਹ ਹੋਇਆ ਹੈ। ਅੱਛਾ, ਉਹ ਇਸ ਚੀਜ਼ ਦਾ ਕਨਫੈਸ਼ਨ ਕਰ ਰਿਹਾ? ਹੁਣ ਉੱਥੋਂ ਨਾ ਤਾਂ ਅਕਾਲੀ ਭੱਜਣ ਜੋਗੇ ਰਹਿ ਗਏ ਨੇ। ਉਹ ਕਹਿੰਦਾ ਅਸੀਂ ਇੱਕ ਆਪਦਾ ਸੋਚਿਆ ਸੀ ਕਿ ਸਾਡੀ ਜਿਹੜੀ ਪਿਕਚਰ ਨਹੀਂ ਚੱਲਣ ਦਿੱਤੀ, ਅਸੀਂ ਉਸ ਦਾ ਬਦਲਾ ਲਿਆ, ਹੁਣ ਅਕਾਲੀ ਕਿੱਥੇ ਭੱਜਣਗੇ? ਤੁਹਾਡੇ ਕੋਲ, ਤੁਸੀਂ ਮੁੱਖ ਮੰਤਰੀ ਸੀ, ਤੁਸੀਂ ਉਹ ਸਾਧ ਦੀਆਂ ਫਿਲਮਾਂ ਦੇ ਉੱਪਰ ਬਾਡੀਗਾਰਡ ਦਿੰਦੇ ਰਹੇ, ਕੋਈ ਸੰਗ ਆਈ ਤੁਹਾਨੂੰ? ਮਾੜੀ ਮੋੜ ਤਾਂ ਸ਼ਰਮ ਆਉਣੀ ਚਾਹੀਦੀ ਸੀ। 2007 ਦੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਕਰਦਾ ਸਲਾਮਤਪੁਰੇ ਜੀ, ਤੇ 2013-14 ਜਾ ਕੇ ਤੁਸੀਂ ਉਹਦੀਆਂ ਫਿਲਮਾਂ ਦੇ ਵਿੱਚ ਬਾਡੀਗਾਰਡ ਦੇ ਰਹੇ ਹੋ। ਕੋਈ ਕਾਂਗਰਸ ਮੇਰੀ ਸਕੀ ਨਹੀਂ, ਮੇਰਾ ਕੋਈ ਆਮ ਆਦਮੀ ਨਾਲ ਲਿੰਕ ਨਹੀਂ, ਪਰ ਜੇ ਮੈਂ ਕਹੂੰਗਾ ਭੱਠਾ ਪਾਇਆ ਹੈ ਤਾਂ ਤੁਹਾਡੀ ਅਕਾਲੀ ਗੌਰਮੈਂਟ ਨੇ ਪਾਇਆ। ਜਿਹੜੀ ਸਰਕਾਰ ਦੇ ਵਿੱਚ ਪੂਰਾ ਇੰਸੀਡੈਂਟ ਹੋਇਆ, ਪੂਰੀ ਘਟਨਾ ਵਾਪਰੀ ਹੈ, ਇਲਜ਼ਾਮ ਤਾਂ ਉਸੇ 'ਤੇ ਲੱਗੇ ਲਾਏ ਜਾਣ। ਦੇਖੋ, ਗੱਲ ਇਸ ਤਰ੍ਹਾਂ ਹੈ, 2015 ਦਾ ਇੰਸੀਡੈਂਟ ਹੈ, 2017 ਹੀ ਤੁਹਾਡੀ ਸਰਕਾਰ ਖਤਮ ਹੁੰਦੀ ਹੈ, ਤੁਸੀਂ ਮੇਰੇ ਦੇਖਣ 1.5-2 ਸਾਲ ਤੁਸੀਂ ਕੀ ਕੀਤਾ ਜੀ, ਅਤੇ ਤੁਸੀਂ ਉਹਦੀਆਂ ਪਿਕਚਰਾਂ ਨੂੰ ਤੁਸੀਂ ਬਾਡੀਗਾਰਡ ਗਨਮੈਨ ਦੇ ਰਹੇ ਹੋ, ਤੇ 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਕਰਦਾ। ਪਰ ਉਦੋਂ ਬਾਅਦ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਤਾਂ ਉਨੀ ਹੈ, ਚਾਹੇ ਕਾਂਗਰਸ ਰਹੀ ਹੈ, ਆਮ ਆਦਮੀ ਪਾਰਟੀ ਹੈ, ਇਹਨਾਂ ਨੇ ਸਰਕਾਰਾਂ ਉਸ ਮੁੱਦੇ ਨੂੰ ਲੈ ਕੇ, ਉਸ ਵਿਸ਼ੇ ਨੂੰ ਲੈ ਕੇ ਬਣਾ ਲਈਆਂ, ਉਦੋਂ ਬਾਅਦ MLA ਵੀ ਬਣ ਗਏ। ਮੈਂ ਤੁਹਾਨੂੰ ਗੱਲ ਦੱਸ ਰਿਹਾ, ਉਸ ਦੇ ਵਿੱਚ ਕੀ ਹੈ ਕਿ ਕਾਂਗਰਸ ਦੇ ਤਾਂ ਮੈਂ ਬਹੁਤ ਉਲਟ ਇਹਨਾਂ ਦੇ ਮੈਂ ਕੋਈ ਲਾਈਕ ਨਹੀਂ ਕਰਦਾ, ਪਰ ਜਿਹੜੀ ਇਨਵੈਸਟੀਗੇਸ਼ਨ, ਮੈਂ ਸਹੀ ਗੱਲ ਦੱਸੂੰਗਾ, 2018 ਦੀ ਜਿਹੜੀ
ਕਾਂਗਰਸ ਸਰਕਾਰ ਦੇ ਹੁੰਦਿਆਂ ਹੀ ਇਹ ਇਨਵੈਸਟੀਗੇਸ਼ਨ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਕੇਸਾਂ ਦੀ, ਅਫੂਲ ਦੇ ਕੇਸਾਂ ਦੀ ਕੰਪਲੀਟ ਹੋ ਚੁੱਕੀ ਸੀ ਜੀ। ਚਲਾਣ ਪੇਸ਼ ਵੀ ਹੋਏ ਨੇ, 164 ਦੇ ਬਿਆਨ 'ਚ ਵੀ ਉਹ ਆ ਚੁੱਕਾ ਹੈ। ਜਿਹੜੇ ਫਰੀਦਕੋਟ ਦੇ ਕੇਸ ਨੇ ਇਹ 2021 ਦੇ ਵਿੱਚ, 22 ਤੋਂ ਪਹਿਲਾਂ ਦੀ ਗੱਲ ਉਹ ਵੀ ਜੀ, ਤਾਂ ਉਸ ਦੇ ਵੀ ਚਲਾਣ ਪੇਸ਼ ਹੋਏ ਨੇ। 9 ਕੇਸਾਂ ਦੇ ਜਿਹੜੇ ਚਲਾਨ ਨੇ ਉਹ ਕਾਂਗਰਸ ਗੌਰਮੈਂਟ ਦੇ ਵਕਤ ਉਹ ਪੇਸ਼ ਹੋ ਚੁੱਕੇ ਸੀ ਜੀ। ਪਰ ਹੁਣ ਜਿਹੜੀ ਪ੍ਰੋਬਲਮ ਆਉਂਦੀ ਹੈ ਕਿ ਉਸ ਬੰਦੇ ਨੂੰ 2007 ਤੋਂ ਲੈ ਕੇ ਅਤੇ ਅੱਜ ਤੀਕਰ ਨੱਥ ਕਿਉਂ ਨਹੀਂ ਪਾਈ। ਉਹਦਾ ਨਾਂ ਤਾਂ ਬਾਅਦ 'ਚ ਨੋਮੀਨੇਟ ਹੁੰਦਾ ਨਾ, ਪਿਛਲੇ ਸਾਲ ਹੀ 2022 'ਚ ਸਾਧ ਦਾ ਨੋਮੀਨੇਟ ਨਾ ਹੋਇਆ। 2007 ਤੋਂ ਲੈ ਕੇ ਅਤੇ ਤੁਸੀਂ ਲਾ ਲਓ 15 ਸਾਲ ਉਹ ਬੰਦੇ ਨੂੰ ਤੁਸੀਂ ਕਿਉਂ ਬਖਸ਼ਿਆ? 2007 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਕਰਦਾ ਜੀ, ਪਰਚਾ ਦਰਜ ਹੁੰਦਾ ਜੀ, ਤੇ 2012 ਚ ਆ ਕੇ ਅਕਾਲੀ ਗਵਰਨਮੈਂਟ ਉਸ ਪਰਚੇ ਨੂੰ ਕੈਂਸਲ ਕਰਦੀ ਹੈ ਫਰਵਰੀ ਦੇ ਵਿੱਚ ਜੀ, ਮਾਰਚ 'ਚ ਇਲੈਕਸ਼ਨ ਨੇ। ਦੇਖੋ ਸਾਡੇ ਕੋਈ ਸਕੇ ਨਹੀਂ ਹੈ ਤਿੰਨੇ ਹੀ, ਪਰ ਜਿਹੜੀ ਹੁਣ ਉੱਤੇ ਰਿਟਰਨ 'ਚ ਆ ਚੁੱਕੀ ਹੈ ਉਸ 'ਤੇ ਮੈਂ ਪੜਦੇ ਪਾਵਾਂ, ਮੈਂ ਕਹਾਂ ਨਹੀਂ ਜੀ ਫਲਾਣੇ ਦਾ ਦੋਸ਼ ਆ, ਫਲਾਣੇ ਦਾ ਦੋਸ਼ ਹੈ, ਦੋਸ਼ ਇਹਨਾਂ ਦਾ ਵੀ ਬਹੁਤ ਆਊਗਾ ਅੱਗੇ। ਪਰ ਕਾਰਨ ਕੀ ਹੈ, ਉਸ ਵਿੱਚ ਮੇਨ 'ਚ ਕੀ ਚੀਜ਼ ਆਉਂਦੀ ਹੈ ਕਿ ਤੁਹਾਨੂੰ ਪਤਾ ਸੀ ਕਿ ਇਸ ਬੰਦੇ ਨੇ ਗੁਨਾਹ ਕੀਤਾ ਹੈ, ਤੁਹਾਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਹੋਈ ਹੈ, ਤੁਸੀਂ ਉਹਦੀਆਂ ਪਿਕਚਰਾਂ ਚਲਾਉਣ ਲਈ ਬਾਡੀਗਾਰਡ ਦਿੰਦੇ ਰਹੇ, ਗਨਮੈਨ ਦਿੰਦੇ ਰਹੇ, ਫਿਰ ਤੁਸੀਂ ਪਰਚਾ ਕੈਂਸਲ, ਉਹ ਰਿਟਰਨ 'ਚ ਹੈਗਾ ਕਿ ਪਰਚਾ 2012 ਦੇ ਵਿੱਚ ਅਕਾਲੀ ਗੌਰਮੈਂਟ ਨੇ ਸਰਸੇ ਵਾਲੇ ਸਾਹ ਤੋਂ ਕੇਸ ਵਾਪਸ ਲਿਆ। ਨਹੀਂ ਇਹਦੇ 'ਚ ਜੇ ਆਪਾਂ, ਮੈਂ ਵਾਰ ਵਾਰ ਕੰਵਰ ਵਿਜੇ ਪ੍ਰਤਾਪ ਦਾ ਨਾਂ ਲੈ ਰਿਹਾ, ਉਹਦਾ ਕਾਰਨ ਇਹ ਸਿਰਫ ਇਹੀ ਆ ਕਿ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਸੀ, ਉਹ ਵੀ ਤੁਹਾਨੂੰ ਮੈਂ ਦੱਸ ਰਿਹਾ ਕਿ ਸਰਕਾਰ ਬਣੇਗੀ, ਮੈਂ ਮੰਤਰੀ ਜਾਂ MLA ਬਣਾਂਗਾ, ਮੈਂ ਇਹ ਇਨਸਾਫ ਹੋਏ। ਮੈਂ ਤੁਹਾਨੂੰ ਸਾਰੇ ਪੋਲੀਟੀਸ਼ੀਅਨ ਦੇ ਇੱਕ ਗੱਪ ਤੋਂ ਸਵਾਏ ਇਹਨਾਂ ਕੋਲ ਕੱਖ ਵੀ ਨਹੀਂ ਯਾਰ। ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਨੇ ਉਹਨਾਂ 'ਤੇ ਆਲਰੇਡੀ ਕੇਸ ਚੱਲਦੇ ਨੇ। ਗੱਲ ਕਿੱਥੇ ਆਉਂਦੀ ਹੈ, ਸਜ਼ਾ ਵਧਾਉਣ ਦੀ ਆਉਂਦੀ ਹੈ। 295A ਦੀ ਸੋਧ ਜਦ ਤੀਕਰ ਨਹੀਂ ਹੁੰਦੀ ਉਹ 3 ਸਾਲ ਦੀ ਸਜ਼ਾ ਹੈ, ਉਹਨੂੰ ਅਦਾਲਤ ਕਿਵੇਂ ਅੰਦਰ ਰੱਖੂਗੀ? 3 ਸਾਲ ਤੋਂ ਬਾਅਦ ਉਹ ਰਿਲੀਜ਼ ਹੋ ਜਾਣਾ। ਦੇਖੋ 3 ਸਾਲ ਦੀ ਸਜ਼ਾ ਬੇਲ ਹੁੰਦੀ ਹੋ ਜਾਣੀ ਹੈ, ਉਹਨੇ ਬੇਲ 'ਤੇ ਬਾਹਰ ਆਉਣਾ। ਤੁਸੀਂ ਅੱਜ ਤੀਕਰ ਅਕਾਲੀਆਂ ਤੋਂ ਲੈ ਕੇ ਆਮ ਆਦਮੀ ਕਾਂਗਰਸ ਨੇ ਕਿਉਂ ਨਹੀਂ ਦਿੱਲੀ ਜਾ ਕੇ ਡਿਮਾਂਡ ਕੀਤੀ ਕਿ ਇਹਨਾਂ ਦੀ ਸਜ਼ਾ ਵਧਾਈ ਜਾਵੇ? ਇਹਨਾਂ ਦੀ ਤੁਸੀਂ ਲਾਈਫ ਕਰਦੇ ਹੋ। ਸਿਆਸੀ ਪ੍ਰੋਪੋਗੰਡਾ ਜਿਹੜਾ ਕੀਤਾ ਜਾ ਰਿਹਾ, ਸਿਆਸੀ ਹੈ, ਕੁਛ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਕੇਸਾਂ ਦੇ ਉੱਪਰ ਇੱਕ ਸਿਆਸਤ ਖੇਡ ਰਹੇ ਨੇ ਸਾਰੇ। ਜਦ ਤੱਕ ਜੇ ਤੁਸੀਂ ਸੱਚੇ ਹੋ, ਤੁਸੀਂ ਕਹਿੰਦੇ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੜੀ ਇੱਜ਼ਤ ਕਰਦੇ ਹਾਂ, ਤੇ ਤੁਸੀਂ ਤਿੰਨੇ ਗਰੁੱਪ ਰਲ ਕੇ ਦਿੱਲੀ ਜਾ ਕੇ ਕਿਉਂ ਨਹੀਂ ਡਿਮਾਂਡ ਕੀਤੀ ਕਿ ਇਹਦੀ ਲਾਈਫ ਇੰਪ੍ਰਿਜ਼ਨਮੈਂਟ ਜਾਂ ਫਾਂਸੀ ਕੀਤੀ ਜਾਵੇ? ਅੱਛਾ ਤੁਹਾਨੂੰ ਕੁਛ ਕਹਿਣਗੇ ਜੀ ਅਸੀਂ ਰਿਟਰਨ 'ਚ ਲਿਖ ਕੇ ਭੇਜਤਾ ਸੀ ਜੀ। ਯਾਰ ਇੱਕ ਵਾਰੀ ਭੇਜਤਾ ਤਾਂ ਗੋਂਗਲੋਂ ਦੀ ਮਿੱਟੀ ਝਾੜਤੀ ਤੁਸੀਂ, ਉਹ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਲਈ ਨਹੀਂ ਕੀਤਾ, ਉਹ ਤਾਂ ਤੁਸੀਂ ਫਾਰਮੈਲਿਟੀ ਲੋਕਾਂ ਵਾਸਤੇ ਕੀਤੀ ਹੈ, ਆਪਣਾ ਸਿਆਸੀ ਅਕਸ ਬਚਾਉਣ। ਉਹ ਤਾਂ ਸਿਆਸੀ ਤੁਸੀਂ ਆਪਦੇ ਇਲੈਕਸ਼ਨ ਜਿੱਤਣ ਦੀ ਖਾਤਰ ਕਹਿਤਾ ਜੀ ਮੈਂ ਤਾਂ ਲਿਖ ਕੇ ਦੇ ਆਇਆ ਸੀ। ਯਾਰ ਤੂੰ ਸਿੱਖ ਹੈ, ਤੁਸੀਂ ਇੱਕ ਰਾਹੁਲ ਗਾਂਧੀ ਲਈ ਛਿੱਤਰ ਖਾਂਦੇ ਫਿਰਦੇ ਹੋ, ਤੁਸੀਂ ਕੇਜਰੀਵਾਲ ਲਈ ਛਿੱਤਰ ਖਾਂਦੇ ਫਿਰਦੇ ਹੋ, ਤੁਸੀਂ ਭਾਜਪਾ ਲਈ ਦਿੱਲੀ ਛਿੱਤਰ ਖਾਂਦੇ ਫਿਰਦੇ ਹੋ, ਤੇ ਇੱਕ ਅੱਧੀ ਡਾਂਗ ਗੁਰੂ ਗ੍ਰੰਥ ਸਾਹਿਬ ਲਈ ਵੀ ਖਾ ਲੈਣੀ ਸੀ। ਕਹਿ ਦਿੰਦੇ ਕਿ ਯਾਰ ਜਿਵੇਂ ਚਰਖੜੀਆਂ 'ਤੇ ਚੜ੍ਹੇ ਉਹ ਆਪਾਂ ਸ਼ਬਦ ਬੋਲਦੇ ਹਾਂ, ਖੋਪੜੀਆਂ ਲਵਾਈਆਂ ਗਈਆਂ, ਕਮ ਸੇ ਕਮ ਤੁਸੀਂ ਇੱਕ ਡਾਂਗ ਤਾਂ ਖਾ ਲੈਂਦੇ ਯਾਰ, ਕਿ ਗੁਰੂ ਗ੍ਰੰਥ ਸਾਹਿਬ ਦੇ ਲਈ ਫਲਾਣੇ ਫਲਾਣੇ ਸਿੱਖ ਆਏ ਨੇ ਯਾਰ, ਉਹਨਾਂ ਨੇ ਧਰਨਾ ਦਿੱਤਾ। ਉਹ ਕਹਿੰਦੇ ਕਿ ਇਹਦੀ ਸਜ਼ਾ ਵਧਾਓ, ਅਸੀਂ ਮਰ ਜਾਂਗੇ, ਅਸੀਂ ਉਹ ਤੋਂ ਵਾਪਸ ਹੀ ਨਹੀਂ ਜਾਂਦੇ। ਉਹ ਤਾਂ ਆਪਾਂ ਲਫ਼ਜ਼ ਹੀ ਨਹੀਂ ਬੋਲੇ ਕਿਤੇ। ਸੋ ਜਿਹੜੇ ਚਾਹੇ ਕੋਈ ਵੀ MLA ਹੈ, ਮੈਂ ਕਹੂੰਗਾ ਬਹਿਬਲ ਕਲਾਂ ਤੋਂ ਵੀ MLA ਬਣ ਕੇ ਗਿਆ ਬੰਦਾ, ਬਿਲਕੁਲ ਉਹਨੇ ਵੀ ਇੱਕ ਸਿਆਸੀ ਰੋਟੀ ਸੇਕੀ ਹੈ, ਕੁਛ ਨਹੀਂ ਕੀਤਾ ਯਾਰ। ਮੈਂ ਆਈਓ ਹਾਂ, ਉਹਨਾਂ ਨੇ ਤਾਂ ਸੌਂ ਖਾਧੀ ਸੀ ਉੱਥੇ, ਮੇਰੀ ਗੱਲ ਸੁਣੋ, ਮੈਂ ਆਈਓ ਹਾਂ, ਮੇਰੇ ਹੱਥ ਸਾਰੀ ਪਾਵਰ ਹੈ ਤੇ ਮੈਂ ਛੱਡ ਕੇ MLA ਬਣ ਰਿਹਾ। ਮੈਂ ਆਈਓ ਹਾਂ, ਜਿਹਨੇ ਮੈਂ ਸਾਰਾ ਕੁਛ ਕਰਨਾ ਹੈ, ਮੈਂ ਛੱਡ ਕੇ ਉੱਥੇ ਚਲਾ ਗਿਆ, ਫਿਰ ਮੈਂ ਗਿਆ ਕਿਉਂ ਜੀ? ਜੇ ਮੈਂ ਗੁਰੂ ਗ੍ਰੰਥ ਸਾਹਿਬ ਦੀ ਜਾਂ ਇਹਨਾਂ ਦੋਸ਼ੀਆਂ ਨੂੰ ਸਜ਼ਾ ਦੇਣੀ ਸੀ, ਸਰਕਾਰ ਤੁਹਾਨੂੰ ਹੈਲਪ ਕਰ ਰਹੀ ਸੀ, ਸਰਕਾਰ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦੇ ਰਹੀ ਸੀ, ਤੁਸੀਂ ਛੱਡ ਕੇ ਗਏ ਕਿਉਂ ਜੀ? ਫਿਰ ਤਾਂ ਆਪਦੀ ਲਾਈਫ ਹੀ ਤੁਹਾਨੂੰ ਸਿੱਖ ਧਰਮ ਨਹੀਂ ਲਾ ਦੇਣੀ ਚਾਹੀਦੀ ਸੀ। ਅਜੇ ਤਾਂ ਰਿਟਾਇਰਮੈਂਟ 'ਚ ਟਾਈਮ ਬਹੁਤ ਪਿਆ ਸੀ, 7-8 ਸਾਲ ਪਏ ਜੀ ਜੀ, ਫਿਰ ਏਡੀ ਵੱਡੀ ਪੋਸਟ ਨੂੰ ਲੱਤ ਮਾਰਨੀ ਜਿਹਦੇ ਹੱਥ 'ਚ ਪਾਵਰ ਹੋਵੇ? ਜੇ ਤੁਹਾਨੂੰ ਕੋਈ ਰੋਕਦਾ ਫਿਰ ਕਹਿੰਦੇ ਫਲਾਣੇ ਬੰਦੇ ਨੇ ਮੈਨੂੰ ਰੋਕਿਆ ਜੀ, ਫਿਰ ਆਪਾਂ ਨਾਮ ਹੀ ਨਹੀਂ ਲਿਆ ਜੀ। ਸੋ ਜਿੱਥੋਂ ਤੀਕਰ ਮੈਨੂੰ ਲੱਗਿਆ ਇਹ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਇੱਕ ਇੱਕ ਪਖੰਡ ਕਰ ਰਹੀਆਂ ਨੇ। ਹਾਂ, ਜਿਹੜਾ ਹੁਣ ਆਮ ਆਦਮੀ ਪਾਰਟੀ ਨੇ ਕੀਤਾ ਹੈ ਚਲਾਣ ਹੈ ਬਹਿਬਲ ਕਲਾਂ ਦਾ ਜੀ,
ਯਾਰ 302 ਦੇ ਵਿੱਚ ਤੁਸੀਂ ਉਦੋਂ ਦੇ ਸੀਐਮ ਜਾਂ ਡਿਪਟੀ ਸੀਐਮ ਦੇ ਖਿਲਾਫ ਚਲਾਨ ਕਿਉਂ ਨਹੀਂ ਪੇਸ਼ ਕਰਦੇ ਪਏ ਜੀ? ਫਿਰ ਤਾਂ ਜੇ ਤੁਸੀਂ ਕਹਿੰਦੇ ਇਨਵੈਸਟੀਗੇਸ਼ਨ ਕੰਪਲੀਟ ਹੈ ਫਿਰ ਤਾਂ ਲੋੜ ਹੀ ਨਹੀਂ, ਫਿਰ ਤਾਂ ਹਾਲਾਂਕਿ ਸਰਕਾਰ ਜਦੋਂ ਬਣਾਉਣੀ ਸੀ ਉਦੋਂ ਸਟੇਜਾਂ 'ਤੇ ਤਾਂ ਇਹੀ ਕਿਹਾ ਜਾਂਦਾ ਸੀ ਨਾ ਕਿ ਫਲਾਨੇ ਅਸੀਂ ਮੁੱਖ ਮੰਤਰੀ ਨੂੰ ਅੰਦਰ ਦੇਵਾਂਗੇ, ਫਲਾਨੇ ਅਸੀਂ ਜਿਹੜਾ ਡਿਪਟੀ ਮੁੱਖ ਮੰਤਰੀ ਨੂੰ ਅੰਦਰ ਦੇਵਾਂਗੇ। ਨਹੀਂ ਮੈਂ ਤੁਹਾਨੂੰ ਗੱਲ ਦੱਸਣਾ, ਇਹ 'ਚ ਅੰਦਰ ਜਾਣ ਵਾਲੀ ਨੌਬਤ ਨਹੀਂ, ਉਹ ਤਾਂ ਗੱਪ ਸੀ ਇਹਨਾਂ ਦੀ, ਕਿਉਂਕਿ ਪਹਿਲਾਂ ਆਲਰੇਡੀ ਆਮ ਲੋਕਾਂ ਦੇ ਭਾਵਨਾਵਾਂ ਕੀ ਸੀ ਇਹਨਾਂ ਦੀ। ਸਰਕਾਰ ਆਉਣ ਤੋਂ ਪਹਿਲਾਂ ਹੀ ਜਿਹੜਾ ਉਦੋਂ ਸੁਮੇਧ ਸਿੰਘ ਸੈਣੀ ਸੀ ਉਹਦੀਆਂ ਬਾਹਰ ਦੀ ਬਾਹਰ ਜ਼ਮਾਨਤਾਂ ਹੋ ਚੁੱਕੀਆਂ। ਬਿਲਕੁਲ, ਅਤੇ ਆਪਾਂ ਕਨਫਰਮ ਨਹੀਂ ਕਰਦੇ ਕਿ ਆਹ ਆਰਡਰ ਹੋਣਾ, ਕੋਰਟ ਦਾ ਕੀ ਆਰਡਰ ਕਰਨਾ ਪਤਾ ਨਹੀਂ, ਪਰ ਉਹ ਮੈਕਸੀਮਮ ਜਿਹੜੇ ਚਾਂਸ ਸੀ ਉਹਨਾਂ ਦੇ ਜ਼ਮਾਨਤ ਹੋਣ ਦੇ ਚਾਂਸ ਹੈਗੇ ਹੀ ਹੈਗੇ ਸੀ ਹਾਈ ਕੋਰਟ 'ਚੋਂ। ਖਰਾ ਸਾਹਿਬ, ਚਲੋ ਇਸ ਮਸਲੇ 'ਤੇ ਆਪਾਂ ਹੁਣ ਥੋੜ੍ਹਾ ਅੱਗੇ ਵੱਧਦੇ ਹਾਂ। ਇੱਕ ਜਿਹੜਾ ਸਾਡੇ ਸਾਬਕਾ ਜਥੇਗਾਰ ਸਾਹਿਬ ਵੱਲੋਂ ਇੱਕ ਬਿਆਨ ਆ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ, ਦਰਬਾਰ ਸਾਹਿਬ ਦੇ ਹੀ ਸਾਬਕਾ ਰਾਗੀ ਦੇ ਬਾਬਤ ਕੁਝ ਸ਼ਬਦ ਆ ਜਿਹੜੇ ਬੋਲੇ ਜਾਂਦੇ ਹੈ, ਤੁਸੀਂ ਉਹਨਾਂ ਦੇ ਸ਼ਬਦਾਂ ਦੇ ਬਾਬਤ ਕੀ ਕਹਿਣਾ ਚਾਹੋਗੇ? ਕੀ ਉਹ ਮਰਿਆਦਾ 'ਚ ਨਹੀਂ? ਦੇਖੋ ਗੱਲ ਇਸ ਤਰ੍ਹਾਂ, ਚਲੋ ਇੱਕ ਤਾਂ ਪਹਿਲੀ ਗੱਲ ਤਾਂ ਆਪਾਂ ਇਹ ਮਾਫ਼ੀ ਮੰਗਦੇ ਹਾਂ ਕਿ ਆਪਾਂ ਕੋਈ ਸੰਪੂਰਨ ਗੁਰਸਿੱਖ ਨਹੀਂ ਜੀ, ਠੀਕ ਹੈ ਨਾ, ਚਲੋ ਇਹਨਾਂ ਦੇ ਲਫ਼ਜ਼ ਸਾਨੂੰ ਕਹਿਣੇ ਨਹੀਂ ਚਾਹੀਦੇ, ਪਰ ਅਸੀਂ ਇਹਨਾਂ ਤਾਂ ਬੇਨਤੀ ਕਰ ਸਕਦੇ ਹਾਂ ਇਹਨਾਂ ਨੂੰ ਕਿ ਯਾਰ ਜਿਹੜੀਆਂ ਤੁਸੀਂ ਐਡੀਆਂ ਵੱਡੀਆਂ ਪੋਸਟਾਂ 'ਤੇ ਰਹੇ ਜੀ, ਤੁਸੀਂ ਸਿੱਖਾਂ ਦੇ ਇੱਕ ਤਰ੍ਹਾਂ ਦੇ ਤੁਸੀਂ ਮੇਨ ਸਾਡੇ ਜਿਹੜੇ ਹੈਗੇ ਜੇ, ਤੁਹਾਨੂੰ ਅਸੀਂ ਉਸ 'ਤੇ ਵਿਸ਼ਵਾਸ ਕਰਦੇ ਹਾਂ, ਮੇਨ ਤੁਸੀਂ ਸਾਡੇ ਧੁਰੇ ਜੇ, ਬਿਲਕੁਲ ਧੁਰਾ ਲਫ਼ਜ਼ ਮੈਂ ਕਹੂੰਗਾ ਕਿ ਸਿੱਖ ਧਰਮ ਦੇ ਅੰਦਰ ਤੁਹਾਨੂੰ ਅਸੀਂ ਬੜਾ ਫੋਲੋ ਕਰਦੇ ਹਾਂ ਜੀ, ਜੇ ਤੁਸੀਂ ਹੰਕਾਰ ਨਹੀਂ ਛੱਡਣਾ, ਜੇ ਤੁਸੀਂ ਇਹੋ ਜਿਹੀਆਂ ਗਲਤ ਗੱਲਾਂ ਕਰਨੀਆਂ ਨੇ ਜੀ, ਤਾਂ ਫਿਰ ਫਾਇਦਾ ਕੀ ਹੋਇਆ ਸਿੱਖ ਧਰਮ ਦੇ ਅੰਦਰ? ਤਾਂ ਸਾਡੇ ਤਾਂ ਮੈਂ ਅੱਗੇ ਵੀ ਕੱਲ੍ਹ ਇੱਕ ਚੈਨਲ ਨੇ ਪੁੱਛਿਆ ਸੀ ਤਾਂ ਮੈਂ ਇਹੀ ਗੱਲ ਕਹੀ ਸੀ ਕਿ ਸਾਡੀ ਤਾਂ ਸੇਵਾ ਭਾਈ ਮੰਝ ਤੋਂ ਸ਼ੁਰੂ ਹੋ ਗਈ, ਜਿਨ੍ਹਾਂ ਦੀ ਡੈਫੀਨੇਸ਼ਨ ਕੀ ਹੈ ਕਿ ਹੰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਵਿੱਚ ਕੋਈ। ਹਜ਼ਾਰਾਂ ਸਾਡੇ ਵਿੱਚ ਇਤਿਹਾਸ ਦੇ ਵਿੱਚ ਚੀਜ਼ਾਂ ਪਈਆਂ ਨੇ ਜਿੱਥੇ ਮਹਾਰਾਜ ਦੇ ਵਕਤ ਕਿਸੇ ਨੇ ਹੰਕਾਰ ਕੀਤਾ ਹੀ ਨਹੀਂ, ਜਿਹਨੇ ਕੀਤਾ ਹੈ ਉਹਨਾਂ ਨੇ ਪਾਸੇ ਕਰਤਾ ਉਹਨੂੰ ਜੀ। ਜੇ ਜਹਾਂਗੀਰ ਬਾਦਸ਼ਾਹ ਆਉਂਦਾ ਹੈ ਜਾਂ ਅਕਬਰ ਬਾਦਸ਼ਾਹ ਆਉਂਦਾ ਹੈ ਤਾਂ ਉਹ ਆ ਕੇ ਪਹਿਲਾਂ ਨੀਵਾਂ ਹੋ ਕੇ ਲੰਗਰ ਛਕਦਾ ਹੈ, ਹੰਕਾਰ ਬਾਹਰ ਕੱਢ ਕੇ ਆਉਂਦਾ ਜੀ। ਜੇ ਸਾਡਾ ਮਹਾਰਾਜਾ ਰਣਜੀਤ ਸਿੰਘ ਹੋਇਆ ਹੈ, ਜਿਸ ਨੇ ਸਿੱਖ ਧਰਮ ਨੂੰ ਇੰਨਾ ਅੱਗੇ ਲੈ ਕੇ ਗਏ ਨੇ ਮਹਾਰਾਜਾ ਰਣਜੀਤ ਸਿੰਘ, ਉਹਨਾਂ ਨੇ ਦੇਖੋ ਉਹਨਾਂ ਨੂੰ ਅਕਾਲ ਤਖਤ ਸਾਹਿਬ 'ਤੇ ਜਾ ਕੇ ਮਾਫ਼ੀ ਮੰਗੀ ਹੈ, ਅਤੇ ਲਫ਼ਜ਼ ਕੀ ਕਹੇ ਨੇ, ਲਫ਼ਜ਼ ਇਹ ਕਹੇ ਨੇ ਕਿ ਸੱਚੇ ਪਾਤਸ਼ਾਹ ਮੈਂ ਬੜਾ ਛੋਟਾ ਸਿੱਖ ਹਾਂ, ਮੈਂ ਇੰਨਾ ਪੈਸਾ ਨਹੀਂ ਦੇ ਸਕਦਾ ਜਿੰਨੀ ਮੈਨੂੰ ਸਜ਼ਾ ਲਾਈ ਹੈ ਜੀ, ਅਤੇ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਪੈਸੇ ਘਟਾਏ ਜਾਣ, ਜੁਰਮਾਨਾ ਘਟਾਇਆ ਜਾਵੇ। ਦੇਖੋ ਉਹ ਕੀ ਨਹੀਂ ਸੀ ਕਰ ਸਕਦੇ, ਪਰ ਇੱਕ ਉਹਨਾਂ ਨੇ ਇਹ ਡੈਫੀਨ ਮਤਲਬ ਇਹ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਜ਼ੀਰੋ ਹੈ, ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਮੈਂ ਜ਼ੀਰੋ ਹਾਂ, ਮੇਰਾ ਸਾਰਾ ਕੁਛ ਅਕਾਲ ਤਖ਼ਤ ਸਾਹਿਬ ਹੈ। ਅੱਜ ਦੇ ਲੀਡਰਾਂ ਕੋ ਨਹੀਂ, ਇਹਨਾਂ ਅਕਾਲੀਆਂ ਅਤੇ ਕਾਂਗਰਸੀਆਂ ਦਾ ਕੋਈ, ਇਹਨਾਂ ਤੋਂ ਲੀਡਰਾਂ ਕੋ ਕਿ ਅਕਾਲ ਤਖ਼ਤ ਸਾਹਿਬ ਢਵਾ ਦੇਣਾ। ਦੇਖੋ ਇਹ ਅਕਾਲ ਤਖ਼ਤ ਸਾਹਿਬ ਢਵਾਉਂਦੇ ਨੇ ਅਤੇ ਉਹ ਲੀਡਰ ਸਾਡਾ ਜਿਹੜਾ ਸ਼ਾਸਕ ਹੈ ਉਹ ਹੱਥ ਜੋੜ ਕੇ ਅਕਾਲ ਤਖ਼ਤ ਸਾਹਿਬ ਅੱਗੇ ਮਾਫ਼ੀ ਮੰਗ ਰਿਹਾ ਜੀ। ਅੱਛਾ, ਉਹਨਾਂ ਨੇ ਇੰਨੀ ਜ਼ਿਆਦਾ ਨਿਮਰਤਾ ਰੱਖੀ, ਅਕਾਲੀ ਫੂਲਾ ਸਿੰਘ ਨੇ ਉਹਨਾਂ ਨੂੰ ਸਜ਼ਾ ਸੁਣਾਈ, ਉਹ ਹੱਥ ਜੋੜ ਕੇ ਖਲੋਤੇ ਰਹੇ, ਉਹ ਸਜ਼ਾ ਨੂੰ ਕਬੂਲ ਵੀ ਕੀਤਾ, ਸਜ਼ਾ ਨੂੰ ਕਬੂਲ ਕੀਤਾ। ਸਾਡੇ ਇਤਿਹਾਸ ਦੇ ਅੰਦਰ ਇੱਥੋਂ ਜਿਹੜਾ ਤਿੱਕਰ ਵੀ ਹੈਗਾ ਹੈ ਕਿ ਅਸੀਂ ਮਤਲਬ ਕਿ ਮੈਂ ਕਹਿ ਦੂੰਗਾ ਕਿ ਉਹਨਾਂ ਨੇ ਮਿੰਟਾਂ ਤਿੱਕਰ ਕੀ ਕਿ ਗੁਰੂ ਮਹਾਰਾਜ ਦੇ ਘਰ ਕੋਈ ਹੰਕਾਰ ਵਾਲੀ ਗੱਲ ਹੀ ਨਹੀਂ ਕੀਤੀ, ਅਤੇ ਇਹੋ ਜਿਹੀਆਂ ਗੱਲਾਂ ਕਰਨੀਆਂ। ਅਤੇ ਫਿਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜੀ, 2011-12 ਦੇ ਇਲੈਕਸ਼ਨ ਹੋਏ ਨੇ SGPC ਦੇ, ਜੇ ਸਿੱਖਾਂ ਨੇ ਇੱਕ ਵਾਰੀ ਤੁਹਾਨੂੰ ਮੌਕਾ ਦੇਣਾ ਹੋਣਾ, ਜੇ ਤੁਸੀਂ ਆਪਸ ਵਿੱਚ ਇਕੱਠੇ ਨਹੀਂ ਬਹਿਣਾ, ਜਿੰਨੀਆਂ ਵੀ ਤੁਸੀਂ ਜਥੇਬੰਦੀਆਂ ਹੈਗੀਆਂ, ਜੇ ਯਾਦ ਰੱਖਿਆ ਜੇ ਤੁਹਾਨੂੰ ਸਿੱਖਾਂ ਨੇ ਇਸ ਤੋਂ ਬਾਅਦ ਮੂੰਹ ਨਹੀਂ ਆਉਣਾ, ਕੋਈ ਹੋਰ ਬੰਦਾ ਹੀ ਆਵੇਗਾ। ਹੁਣ 2015 ਤੋਂ ਅਕਾਲ ਤਖ਼ਤ ਸਾਹਿਬ ਨੂੰ ਇੱਕ ਸਾਧ ਵਰਤ ਰਿਹਾ ਜੀ, ਉਹਨੇ ਵਰਤਿਆ, ਸੋਰੀ ਅੱਜ ਨਹੀਂ ਪਹਿਲਾਂ ਉਹਨੇ ਵਰਤਿਆ, ਆਪੇ ਮਾਫ਼ੀ ਦਵਾਈ ਜੀ, ਇੱਕ ਸਾਧ ਨੂੰ ਅਕਾਲ ਤਖ਼ਤ ਸਾਹਿਬ ਮਾਫ਼ੀ ਦੇ ਰਿਹਾ। ਅਤੇ ਸਾਧ ਕੌਣ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੁਹੀਨ ਕਰਦਾ? ਇੱਕ ਸਾਧ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰ ਰਿਹਾ ਹੈ ਅਤੇ ਉਹਨਾਂ ਬੰਦਿਆਂ ਨੂੰ ਪਾਸੇ ਕਰਨਾ ਹੈ? ਅਤੇ ਸਰਦਾਰ ਸਾਹਿਬ, ਜੇ ਤੁਸੀਂ ਸੱਚੇ ਸਿੱਖ ਹੋਵੋ ਨਾ ਤਾਂ ਤੁਸੀਂ ਤਾਂ ਹੱਥ ਜੋੜ ਕੇ ਖਲੋ ਜਾਓ ਕਿ ਮਹਾਰਾਜ ਜਿਹਨੂੰ ਸੇਵਾ ਦੇਵੇਗਾ ਉਹ ਹੀ ਸੇਵਾ ਲੈਲੇਗਾ, ਤੁਸੀਂ ਸਿੱਖਾਂ ਦੇ ਘਰ ਦੇ ਅੰਦਰ ਰਾਜ ਕਰ ਜਾਓਗੇ, ਇੱਥੇ ਕਈ ਪ੍ਰਧਾਨ ਆਏ ਕਈ ਤੁਰ ਗਏ, ਤੁਸੀਂ ਮੈਨੂੰ ਯਕਦਮ ਦੱਸੋ ਕਿ 7 ਸਾਲ ਪਹਿਲਾਂ ਪ੍ਰਧਾਨ ਕੌਣ ਸੀ ਕਮੇਟੀ ਦਾ? ਤੁਹਾਨੂੰ ਯਾਦ ਹੀ ਨਹੀਂ ਆਉਣਾ? ਬਿਲਕੁਲ ਬਿਲਕੁਲ, ਤੁਹਾਨੂੰ ਯਾਦ ਹੈ? ਤੁਹਾਨੂੰ ਇੱਕ ਅਕਾਲੀ ਫੂਲਾ ਸਿੰਘ ਤੋਂ ਬਾਅਦ ਛੇਤੀ ਤੁਹਾਨੂੰ ਅਕਾਲ ਤਖ਼ਤ ਸਾਹਿਬ ਦਾ ਕੋਈ ਪ੍ਰਧਾਨ ਨਜ਼ਰ ਨਹੀਂ ਆ ਰਿਹਾ ਜਲਦੀ, ਜਥੇਦਾਰ ਸੋਰੀ ਜਥੇਦਾਰ ਜੀ।
ਅਕਾਲੀ ਫੂਲਾ ਸਿੰਘ ਤੋਂ ਬਾਅਦ ਸਾਨੂੰ ਓਡਾ ਵੱਡਾ ਜਥੇਦਾਰ ਨਹੀਂ ਲੱਭ ਰਿਹਾ ਸਾਡੇ ਦਿਮਾਗ 'ਚ ਹੀ ਨਹੀਂ ਆਇਆ। ਉਹਨੇ ਉਸ ਪੱਧਰ ਦਾ ਜਿਹੜਾ ਕਰਦਾ ਬਣਾ ਹੀ ਨਹੀਂ ਸਕੇ, ਉਦੋਂ ਬਣਾ ਨਹੀਂ ਸਕੇ ਜਿਹੜੇ ਬੰਦੇ, ਜਿਹੜੇ ਕੋਈ ਅਗਲਾ ਮਨਮਰਜ਼ੀ ਜਾਂ ਕਹਿ ਲਓ ਵੀ ਸਿਧਾਂਤਾਂ ਅਨੁਸਾਰ ਕੰਮ ਕਰਨ ਦੀ ਕੋਸ਼ਿਸ਼ ਕਰਤਾ, ਉਹਨੂੰ ਲਾਂਭੇ ਕੀਤਾ ਜਾਂਦਾ, ਉਹਨੂੰ ਲਾਂਭੇ ਕੀਤਾ ਗਿਆ। ਕਿਸੇ ਨੂੰ ਕੋਈ ਯਾਦ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਸੀ, 5-7 ਸਾਲ ਪਹਿਲੋਂ, 10 ਸਾਲ ਪਹਿਲੋਂ ਕੌਣ ਪ੍ਰਧਾਨ ਸੀ, ਕੋਈ ਕਿਸੇ ਨੂੰ ਲਿੰਕ। ਹਾਲਾਤ ਸੁਧਰਨ ਦੀ ਉਮੀਦ ਹੈ, ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਉਡਾ ਕੰਮ ਕਰ ਸਕੇ। ਜੇ ਇਹਨਾਂ ਨੇ ਜਾਣ ਬੁੱਝ ਕੇ ਆਪਸ ਵਿੱਚ ਆਹ ਕੰਮ ਕੀਤਾ, ਆਪਸ ਵਿੱਚ ਇਹਨਾਂ ਨੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕੀਤੀ, ਆਪਸ ਵਿੱਚ ਜਾਣ ਬੁੱਝ ਕੇ ਇੱਕ ਦੂਜੇ ਨੂੰ ਹਰਾਉਣਾ ਤੇ ਉਸ ਪਾਰਟੀ ਨੂੰ ਫੇਰ ਜਿਤਾਉਣਾ ਜਿਹੜੇ ਪਹਿਲੋਂ ਸੱਤਾ 'ਚ ਬੈਠੇ ਹੋਏ ਨੇ, ਉਹਦਾ ਰਿਜ਼ਲਟ ਇਹ ਨਿਕਲੂਗਾ। ਮੈਂ ਵਾਰ ਵਾਰ ਕਹਿੰਦਾ ਕਿ ਜੇ ਇਸ ਵਕਤ ਤੁਸੀਂ ਸਹੀ ਨਾ ਹੋਏ, ਸਿੱਖਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ। ਸਿੱਖਾਂ ਸਿੱਖ ਅੱਕੇ ਪੈ ਰਹੇ, ਹਰ ਸਿੱਖ ਕੋਈ ਵੀ ਹੈ, ਸਾਡੇ ਵਰਗੇ ਸਿੱਖ ਵੀ ਲਾ ਲਓ, ਹਰ ਬੰਦਾ ਸਿੱਖ ਇੱਕੋ ਗੱਲ ਕਹਿੰਦਾ ਹੈ ਕਿ ਅਕਾਲ ਤਖਤ ਸਾਹਿਬ ਆਜ਼ਾਦ ਹੋਣਾ ਚਾਹੀਦਾ। ਬਿਲਕੁਲ, ਮੈਨੂੰ ਦੱਸੋ ਕਿਹੜਾ ਬੰਦਾ ਗੈਰ ਸਿੱਖ ਵੀ ਇਹ ਕਹੂਗਾ ਜੀ? ਗੈਰ ਸਿੱਖ ਦੇ ਮਨ 'ਚ ਵੀ ਹੈ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਵਰਤੋਂ ਉਦੋਂ ਕੀਤੀ ਗਈ ਗਲਤ ਕੀਤੀ ਗਈ ਹੈ ਜੀ। ਹਰ ਬੰਦੇ ਦੀ ਇੱਕੋ ਡਿਮਾਂਡ ਹੈ ਅਕਾਲ ਤਖਤ ਸਾਹਿਬ ਯਾਦ ਹੋਵੇ, ਅਕਾਲ ਤਖਤ ਸਾਹਿਬ ਕਿਸੇ ਅੱਗੇ ਝੁਕਣਾ ਨਹੀਂ ਚਾਹੀਦਾ ਜੀ। ਤੇ ਜੇ ਤੁਸੀਂ ਆਪਸ ਵਿੱਚ ਦੂਸ਼ਣਬਾਜ਼ੀ ਕਰਨੀ ਹੈ, ਹੰਕਾਰ ਤੁਸੀਂ ਲੋਕਾਂ ਨੇ ਛੱਡਣਾ ਨਹੀਂ, ਇਹ ਸਰੀਰ ਨਾਸਵਾਨ ਹੈ, ਪਤਾ ਨਹੀਂ ਕੱਲ ਨੂੰ ਰਹਿਣਾ ਜਾਂ ਨਹੀਂ ਰਹਿਣਾ, ਤੇ ਫਾਇਦਾ ਕੀ ਹੋਇਆ ਜੀ? ਸੱਤੇ ਬਲਵੰਡੇ ਦੀ ਸਾਖੀ ਤੁਹਾਨੂੰ ਜ਼ਿਆਦਾ ਮੇਰੇ ਨਾਲੋਂ ਪਤਾ ਹੈ ਜੀ। ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਪਿਰਥੀ ਚੰਦ ਹੰਕਾਰੀ ਸੀ ਜੀ, ਉਹ ਆਖਿਰ ਖਤਮ ਹੋਇਆ, ਹੰਕਾਰ ਨੂੰ ਹਮੇਸ਼ਾ ਮਾਰੀ। ਗੁਰੂ ਤੇਗ ਬਹਾਦਰ ਮਹਾਰਾਜ ਦੇ ਵਕਤ ਉਹਨਾਂ ਦੇ ਸ਼ਰੀਕਾ ਕਬੀਲਾ ਹੰਕਾਰ ਸੀ, ਉਹ ਖਤਮ ਹੋਇਆ ਜੀ। ਮਸੰਦ ਆਏ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਮਹਾਰਾਜ ਤੋਂ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜਦੋਂ ਹੰਕਾਰ ਗਏ, ਉਹਨਾਂ ਦਾ ਅੰਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਵੇਂ ਕੀਤਾ? ਦੇਖੋ ਸਿੱਖ ਧਰਮ ਦੇ ਅੰਦਰ ਹੰਕਾਰ ਲਫ਼ਜ਼ ਹੈ ਜਿਹੜਾ, ਉਹ ਬਿਲਕੁਲ ਮਾੜਾ ਹੈ। ਅਗਰ ਤੁਸੀਂ ਇਕੱਠੇ ਨਾ ਹੋਏ ਤੁਹਾਡਾ ਹਸ਼ਰ ਚੰਗਾ ਨਹੀਂ ਹੋਣਾ, ਤੇ ਸਿੱਖਾਂ ਨੇ ਤੁਹਾਨੂੰ ਦੁਬਾਰਾ ਵਕਤ ਨਹੀਂ ਜੇ ਦੇਣਾ। ਖਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਰੂਬਰੂ ਰੱਖੀ ਆ, ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਆਖਿਰ ਜੋ ਬੇਅਦਬੀ ਦੇ ਕੇਸ ਨੇ ਉਹ ਕਿੱਥੋਂ ਤੱਕ ਪਹੁੰਚੇ ਨੇ, ਕੀ ਸਾਰਾ ਕੁਝ ਚੱਲ ਰਿਹਾ। ਸੋ ਲਗਾਤਾਰ ਕੋਸ਼ਿਸ਼ ਸਾਡੀ ਇਹੀ ਰਹੂਗੀ ਕਿ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਦੇ ਰਹੀਏ, ਤੁਹਾਡੇ ਸਨਮੁੱਖ ਕਰਦੇ ਰਹੀਏ, ਤਾਂ ਜੋ ਹਰ ਤਰ੍ਹਾਂ ਦੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਮੈਨੂੰ ਤੇ ਹਰਪਾਲ ਸਿੰਘ ਖਾਰਾ ਜੀ ਨੂੰ ਦਿਓ ਇਜਾਜ਼ਤ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ।